ਸਤਿ ਸ਼੍ਰੀ ਅਕਾਲ ਦੋਸਤੋ, ਮਾਡਰਨ ਖੇਤੀ ਟੀ ਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਦਾ ਸਵਾਗਤ ਹੈ। ਅਤੇ ਕੱਲ੍ਹ 23 ਸਤੰਬਰ 2019 ਨੂੰ ਆਪਣੇ ਦੋਸਤ ਨੇ 134 ਝੋਨਾ ਜਿਹੜਾ ਉਹ ਵੱਢ ਲਿਆ। ਪਿਛਲੇ ਸਾਲ ਆਪਣੇ 127 ਲਾਈ ਹੋਈ ਸੀਗੀ। ਇਸ ਨੂੰ ਅਗੇਤਾ ਵੱਢਣ ਦਾ ਇਹ ਕਾਰਨ ਹੈ ਕਿਉਂਕਿ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ 22-23 ਸਤੰਬਰ ਨੂੰ ਕਾਫੀ ਜ਼ਿਆਦਾ ਬਾਰਿਸ਼ ਆ ਜਿਹੜੀ ਉਹ ਹੋਣੀ ਸ਼ੁਰੂ ਹੋ ਗਈ ਸੀ। ਮੌਸਮ ਵਿਭਾਗ ਦਾ ਜਿਹੜਾ ਕਹਿਣਾ ਹੈ ਕਿ ਉਹ 2-3 ਦਿਨਾਂ ਤੱਕ ਬਾਰਿਸ਼ ਦੀ ਇਸ ਸਾਲ ਵੀ ਸੰਭਾਵਨਾ, ਇਸੇ ਕਰਕੇ ਝੋਨਾ ਜਿਹੜਾ ਇਹ ਥੋੜ੍ਹਾ ਜਿਹਾ ਨਰਮ ਵੱਢ ਲਿਆ ਗਿਆ। ਅਤੇ ਪਿਛਲੇ ਸਾਲ ਜਿਹੜਾ ਝਾੜ ਆਪਣਾ ਬਾਰਿਸ਼ ਪੈ ਗਈ ਸੀਗੀ, ਉਸ ਤੋਂ ਬਾਅਦ 127 ਦਾ ਝਾੜ ਜਿਹੜਾ ਸੀਗਾ 5 ਕੁਇੰਟਲ 80 ਕੁ ਕਿਲੋ ਦਾ ਸੀਗਾ, ਭਾਵ ਕਿ ਏਕੜ ਦਾ 27 ਕੁਇੰਟਲ ਦਾ ਬਣਦਾ। ਅਤੇ ਬਾਕੀ ਇਸ ਦਾ ਝਾੜ ਜਿਹੜਾ ਅਸੀਂ ਨੇ ਹੁਣ ਕੰਡੇ 'ਤੇ ਕਰਿਆ ਉਹ ਕਾਫੀ ਜ਼ਿਆਦਾ ਬਣਦਾ। ਅਤੇ ਬਾਕੀ ਸੁੱਕਣ ਤੋਂ ਬਾਅਦ ਅੱਜ ਦਾ ਆੜਤੀ ਦਾ ਕਹਿਣਾ ਕਿ ਇੱਕ ਦੁਪਹਿਰਾ ਲਵਾ ਕੇ ਪਿਛਲੇ ਸਾਲ ਵਾਂਗ ਹੀ 3-4 ਵਜੇ ਉਹ ਭਰ ਦੇਣਗੇ ਜੀਰੀ ਨੂੰ। ਅਤੇ ਬਾਕੀ ਝੋਨਾ ਸੁੱਕਣ ਤੋਂ ਬਾਅਦ ਦੁਪਹਿਰਾ ਲੱਗਣ ਤੋਂ ਬਾਅਦ ਕਿੰਨਾ ਕੁ ਵਜਨ ਘੱਟਦਾ, 1.5 ਫੁੱਲ ਸੀਗੀ ਇਹ, ਸਾਡਾ ਆਈਡੀਆ ਵੀ 5-6 ਕੁਇੰਟਲ ਘੱਟ ਜੂਗਾ, ਚੱਲ 7 ਕੁਇੰਟਲ ਘੱਟ ਜੂਗਾ। ਅਤੇ ਉਸ ਤੋਂ ਬਾਅਦ ਵੀ ਕੈਲਕੂਲੇਸ਼ਨ ਅਨੁਸਾਰ ਤਾਂ 7 ਕੁਇੰਟਲ ਤੋਂ ਬਾਹਰ ਇਹ ਝੋਨਾ ਜਾ ਰਿਹਾ, ਭਾਵ ਏਕੜ ਦਾ ਜੇ ਐਸਟੀਮੇਟ ਲਾਈਏ ਤਾਂ 35 ਕੁਇੰਟਲ ਪਰ ਏਕੜ ਦੇ ਹਿਸਾਬ ਨਾਲ ਬਾਹਰ ਜਾ ਰਿਹਾ 35 ਕੁਇੰਟਲ ਤੋਂ। ਅਤੇ ਇਹ ਝੋਨਾ ਆਪਣਾ 18-19 ਜੂਨ ਨੂੰ ਲਗਾਇਆ ਗਿਆ ਸੀਗਾ ਅਤੇ 28-29 ਕੁ ਦਿਨ ਦੀ ਪਨੀਰੀ ਸੀਗੀ ਇਸ ਝੋਨੇ ਦੀ। ਬਾਕੀ ਝਾੜ ਤਾਂ ਹਜੇ ਤੱਕ ਤਾਂ ਫੁੱਲ ਲੱਗ ਰਿਹਾ, ਬਾਕੀ ਸ਼ਾਮ ਨੂੰ ਸਾਰਾ ਹੀ ਕੰਪਲੀਟ ਆ ਜਿਹੜਾ ਉਹ ਆਪਾਂ ਨੂੰ ਪਤਾ ਲੱਗ ਜੂਗਾ, ਰਿਜ਼ਲਟ ਆ ਜਾਣਗੇ ਉਹ ਤੁਹਾਡੇ ਨਾਲ ਫਿਰ ਜ਼ਰੂਰ ਆਪਾਂ ਸ਼ੇਅਰ ਕਰਾਂਗੇ। ਅਤੇ ਓਕੇ ਦੋਸਤੋ।